ਪਹਿਲੀ ਗੱਲ ਤਾਂ ਮੈਂ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਦਾ ਸਤਿਕਾਰ ਕਰਦਾ ਕਿ 10-15 ਸਾਲਾਂ ਤੋਂ ਇਹਨੂੰ ਪੰਥ ਦਾ ਜਿਹੜਾ ਇਹਨੂੰ ਦਰਦ ਜਾਗ ਪਿਆ ਹੈ। ਏਦੋ ਪਹਿਲਾਂ ਪਤਾ ਨੀ ਕਲਕੱਤੇ ਕਿ ਬੰਬੇ ਜਾ ਕੇ ਸੌ ਜਾਂਦਾ ਸੀਗਾ ਜੀ, ਵੀ ਇੰਨਾ ਜ਼ੁਲਮ ਬਾਦਲ ਕਿਆਂ ਨੇ ਕੀਤਾ ਸੀ, ਇੱਕ ਦਿਨ ਨੀ ਇਹ ਬੋਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਨਿਸ਼ਾਨ ਸਿੰਘ ਜੀ, ਬਾਬਾ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਜੀ। ਆਪ ਜੀ ਦਾ ਜੀ ਫੋਨ ਕਰਨ ਤੇ ਬਹੁਤ ਬਹੁਤ ਜੀ ਸਵਾਗਤ ਹੈ ਜੀ ਤੁਹਾਡਾ ਜੀ। ਬਾਬਾ ਜੀ ਤੁਸੀਂ ਆਪਣਾ ਦਰਸ਼ਕਾਂ ਨੂੰ ਨਾਮ ਦੱਸ ਦਿਓ, ਜਥੇਬੰਦੀ ਦੱਸ ਦਿਓ ਜੀ। ਮੇਰਾ ਨਾਮ ਹਮੀਰ ਸਿੰਘ ਖਾਲਸਾ ਜੀ, ਜਥੇਬੰਦੀ ਸੀ ਮੇਰੀ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਲ, ਮੈਂ ਉਹਨਾਂ ਦਾ ਪਾਠਕ ਸੀਗਾ ਜੀ। ਤੇ ਜਦੋਂ ਦਾ ਹਰਨਾਮ ਸਿੰਘ ਧੁੰਮਾ ਬਾਦਲਕਿਆਂ ਦੇ ਗੋਡੀ ਡਿੱਗ ਪਿਆ ਜੀ, ਉਦੋਂ ਦਾ ਮੈਂ ਇਸ ਟਸਾਲ ਨੂੰ ਛੱਡਿਆ ਤਾਂ ਨਹੀਂ। ਅੱਜ ਮੈਂ ਸਿੰਘ ਸਾਹਿਬਾਨ ਜਸਵੀਰ ਸਿੰਘ ਰੋਡੇ ਦੀ ਵਿਚਾਰਧਾਰਾ ਨਾਲ ਚੱਲਦਾ ਹੈ ਤੇ ਹੁਣ ਮੈਂ ਇਸ ਵੇਲੇ ਜਥੇਬੰਦੀ ਸਤਿਕਾਰਯੋਗ ਜੀ ਦਲ ਬਾਬਾ ਬਿਧੀ ਚੰਦ ਬਾਬਾ ਅਵਤਾਰ ਸਿੰਘ ਦੀ ਜਥੇਬੰਦੀ ਦੇ ਨਾਲ ਚੱਲਦਾ ਜੀ। ਜੀ ਬਾਬਾ ਹਮੀਰ ਸਿੰਘ ਜੀ, ਸਵਾਲ ਬਹੁਤ ਵੱਡਾ ਹੈਗਾ ਹੈ ਕਿ ਕੱਲ ਪਰਸੋਂ ਦੀ ਜਿਹੜੀ ਵੀਡੀਓ ਹੈ, ਬਾਬਾ ਹਰਨਾਮ ਸਿੰਘ ਧੁੰਮਾ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਹੈਗੇ ਨੇ, ਉਹਨਾਂ ਨੇ ਇੱਕ ਬਚਨ ਕਿਹਾ ਸੀ ਵੀ ਸਿੱਖਾਂ ਨੂੰ ਇਹ ਗੱਲ ਕਹੀ ਹੈ ਵੀ ਤੁਸੀਂ 5-5 ਬੱਚੇ ਆਪਦੇ ਹਰੇਕ ਪਰਿਵਾਰ ਦੇ ਵਿੱਚ ਪੈਦਾ ਕਰੋ, ਕਿਉਂਕਿ ਜਿਹੜੀ ਆਪਣੇ ਕੁਛ ਤਾਂ ਬੱਚੇ ਤਾਂ ਆਪਣੇ ਵਿਦੇਸ਼ ਕਹਿੰਦੇ ਚਲੇ ਗਏ ਅਤੇ ਇੱਥੇ ਕਹਿੰਦੇ ਵੀ ਪੰਜਾਬ ਦੇ ਵਿੱਚ ਆਪਣੇ ਸਿੱਖ ਨੌਜਵਾਨਾਂ ਦੀ ਬਹੁਤ ਕਮੀ ਹੈ ਅਤੇ ਹਰੇਕ ਪਰਿਵਾਰ ਨੂੰ ਕਹਿੰਦਾ ਮੈਂ ਬੇਨਤੀ ਕਰਦਾ ਵੀ ਜੇ ਸਿੱਖ ਕੌਮ ਦੀ ਆਪਾਂ ਹੋਂਦ ਬਚਾਉਣੀ ਹੈ ਜਾਂ ਸਿੱਖੀ ਬਚਾਉਣੀ ਹੈ ਤਾਂ ਫਿਰ ਆਪਾਂ ਨੂੰ 5-5 ਬੱਚੇ ਤਿਆਰ ਕਰਨੇ ਪੈਣਗੇ। ਬਾਬਾ ਜੀ ਹਾਂ ਤੁਸੀਂ ਦੱਸੋ ਇਸ ਬਾਰੇ ਤੁਹਾਡਾ ਕੀ ਵਿਚਾਰ ਹੈਗਾ। ਪਹਿਲੀ ਗੱਲ ਤਾਂ ਮੈਂ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਦਾ ਸਤਿਕਾਰ ਕਰਦਾ ਕਿ 10-15 ਸਾਲਾਂ ਤੋਂ ਇਹਨੂੰ ਪੰਥ ਦਾ ਜਿਹੜਾ ਇਹਨੂੰ ਦਰਦ ਜਾਗ ਪਿਆ ਹੈ। ਏਦੋਂ ਪਹਿਲਾਂ ਪਤਾ ਨੀ ਕਲਕੱਤੇ ਕਿ ਬੰਬੇ ਜਾ ਕੇ ਸੌ ਜਾਂਦਾ ਸੀਗਾ ਜੀ, ਵੀ ਇੰਨਾ ਜ਼ੁਲਮ ਬਾਦਲ ਕਿਆਂ ਨੇ ਕੀਤਾ ਸੀ, ਇੱਕ ਦਿਨ ਨੀ ਇਹ ਬੋਲਿਆ। ਤੇ ਬੱਚੇ ਤਾਂ ਬਾਬਾ ਹਰਨਾਮ ਸਿੰਘ ਦੇ ਕਹਿਣ ਤੇ 5 ਦੇ ਬਜਾਏ ਵੀ 10 ਪੈਦਾ ਕਰ ਦਿਆਂਗੇ ਜੀ ਜੀ, ਪਰ ਮੈਨੂੰ ਇੱਕ ਗੱਲ ਦਾ ਡਰ ਹੈ ਵੀ ਬਾਦਲ ਕੇ ਜਦੋਂ ਵੀ ਸਦਾ ਚਾਹੁੰਦੇ ਸਿੱਖਾਂ ਦੇ ਪੋਤੀ ਮਾਰਦੇ ਆ ਵੀ ਜਿੰਨਾ ਚਿਰ ਬਾਬਾ ਹਰਨਾਮ ਸਿੰਘ ਜੀ ਤੁਸੀਂ ਬਾਦਲ ਦੇ ਨਾਲ ਚੱਲੋਗੇ ਓਨਾ ਚਿਰ ਤਾਂ ਅਸੀਂ ਪੈਦਾ ਨੀ ਕਰਦੇ। ਤੇ ਹੁਣ ਸਾਡੀ ਮਜਬੂਰੀ ਇਹ ਹੈ ਵੀ ਤੁਹਾਨੂੰ ਹੁਣ ਸਾਨੂੰ ਜਵਾਬ ਦੇਣਾ ਪਹਿਲਾਂ ਦੇਣਾ ਪੈਂਦਾ ਵੀ ਪਹਿਲਾਂ ਤਾਂ ਸਾਡੇ 13 ਸਿੰਘ ਬਾਦਲਕਿਆਂ ਨੇ ਸ਼ਹੀਦ ਕੀਤੇ, ਨਰਕ ਧਾਰੀਆਂ ਦੇ ਹੱਥੋਂ ਸ਼ਹੀਦ ਕਰਵਾਏ ਜੀ। ਉਦੋਂ ਪਿੱਛੋਂ ਬਰਨਾਲਾ ਸਰਕਾਰ ਸੀ ਨਕੋਦਰ ਦੇ ਵਿੱਚ 4 ਸਾਡੇ ਸਿੰਘਾਂ ਦੇ ਗੋਲੀਆਂ ਮੂੰਹ ਦੇ ਵਿੱਚ ਮਾਰੀਆਂ ਦਰਬਾਰਾ ਸਿੰਘ ਗੁਰੂ ਨੇ ਜੀ, ਜਿਹੜਾ ਉਸ ਵੇਲੇ ਦਾ ਉੱਥੋਂ ਦਾ DC ਸੀ। ਬਾਅਦ ਚ ਇਹਨਾਂ ਨੇ ਉਹਨੂੰ MLA ਦੀਆਂ ਟਿਕਟਾਂ ਦਿੱਤੀਆਂ ਵੀ 4 ਮੁੰਡੇ ਮਾਰਨ ਦੇ ਇਨਾਮ ਦੇ ਵਿੱਚ ਜੀ। ਸਾਨੂੰ ਇਹ ਡਰ ਲੱਗਦਾ ਹੈ। ਉਦੋਂ ਪਿੱਛੋਂ ਚੌੜ ਸਿਧਮਾ ਗੁਰਦਾਸਪੁਰ ਦੇ ਵਿੱਚ ਪਿੰਡ ਹੈ ਜੀ, ਇੱਕੋ ਇੱਕ ਪੁੱਤ ਸੀਗਾ ਜਸਪਾਲ ਸਿੰਘ ਚੌੜ ਸਿਧਮਾ, ਦੋਵੇਂ ਭੈਣ ਭਰਾ ਸੀ। ਇਹ ਬਾਦਲ ਸਰਕਾਰ ਦੀ ਤੇ ਜਿਹੜੀ ਜੁੰਡਲੀ ਸੀ ਸਿਵ ਸੈਨਾ ਵਾਲਿਆਂ ਨੇ, ਉਹਨਾਂ ਨੇ ਉਹ ਧਰਨੇ ਦੇ ਵਿੱਚ ਬੈਠੇ ਨੂੰ ਗੋਲੀ ਮਾਰੀ ਜੀ। ਬਾਬਾ ਹਰਨਾਮ ਸਿੰਘ ਜੀ ਸਾਨੂੰ ਡਰ ਲੱਗਦਾ ਜਿੰਨਾ ਚਿਰ ਤੇਰੀ ਬਾਦਲਕਿਆਂ ਨਾਲ ਯਾਰੀ ਨਾ ਉਹਨਾਂ ਚਿਰ ਤੁਸੀਂ ਸਾਡੇ ਬੱਚੇ ਮਾਰੋਗੇ
ਤੇਰੇ ਬੱਚੇ ਦਾ ਹਿੱਸੇ ਦਾ ਕਰ ਲਈਏ, ਪਰ ਸਾਨੂੰ ਡਰ ਲੱਗਦਾ ਜਿਹਨਾਂ ਤੇਰੀ ਯਾਰੀ ਹੈ। ਦੂਜਾ ਆਪਣਾ ਫਿਰ ਉਦੋਂ ਪਿੱਛੋਂ ਨੂਰ ਮਹਿਲੀਆ ਦਾ ਸਮਾਗਮ ਸੀ, ਉਹਦੇ ਵਿੱਚ ਬਾਬਾ ਹਰਨਾਮ ਸਿੰਘ ਤੂਵੀ ਸਿੰਘ, ਉਹਦੇ ਚ ਜਸਵੀਰ ਸਿੰਘ ਰੋਡੇ, ਫਿਰ ਹਰਜੀਤ ਸਿੰਘ ਢੰਡਰੀਆਂ ਵਾਲਾ, ਬੂਟਾ ਸਿੰਘ ਗੁੜਥੜੀ, ਜਸਵੀਰ ਸਿੰਘ ਸਾਹਿਬਾਨ, ਜਸਵੀਰ ਸਿੰਘ ਜੀ ਰੋਡੇ, ਉਹਦੇ ਵਿੱਚ ਅਸੀਂ ਮਜੂਰ ਸਾਂ, ਤੇ ਦਰਸ਼ਨ ਸਿੰਘ ਲੁਹਾਰਾ ਸੀ ਜਿਹੜਾ ਉਹਦੇ ਸਿੱਧੀਆਂ ਗੋਲੀਆਂ ਮਾਰੀਆਂ। ਤੇ ਤੂੰ ਆਪ ਇਹ ਬਿਆਨ ਦਿੱਤਾ ਸੀ ਉਦੋਂ ਵੀ ਮੈਂ ਡੀ ਸੀ ਨੂੰ ਮਿਲਿਆ ਸੀ, ਤੇ ਡੀ ਸੀ ਦੀ ਨਿੱਜ ਤੇ ਵਿਗੜੀ ਹੋਈ ਸੀਗੀ, ਤੇ ਡੀ ਸੀ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਸੁਖਬੀਰ ਬਾਦਲ ਦਾ ਸਾਨੂੰ ਆਰਡਰ ਹੈ ਵੀ 100 ਵੀ ਸਿੰਘ ਮਾਰਨਾ ਪਵੇ ਤੂੰ ਮਾਰ ਦੀ, ਤੇ ਪਰ ਨੂਰ ਮਹਿਲੀਆਂ ਦਾ ਸਮਾਗਮ ਹੋਣਾ ਚਾਹੀਦਾ। ਇਹ ਤੂੰ ਆਪ ਬਿਆਨ ਦਿੱਤਾ ਸੀ ਆਪਣਾ ਦਰਸ਼ਨ ਸਿੰਘ ਲੁਹਾਰਾ, ਤੇਰੀ ਮੌਜੂਦਗੀ ਦੇ ਵਿੱਚ ਬਾਦਲਕਿਆਂ ਦੀ ਸਰਕਾਰ ਨੇ ਸ਼ਹੀਦ ਕੀਤਾ ਸੀ ਜੀ। ਉਸ ਤੋਂ ਪਿੱਛੋਂ ਜਿਹੜਾ ਚੋਲਾ ਪਵਾਇਆ ਸੀਗਾ ਆਪਣੇ ਨੇ MP ਨੇ ਜਿਹੜਾ ਚੰਦੂ ਮਾਜਰਾ, ਉਸ ਤੋਂ ਪਿੱਛੋਂ ਸ਼ੀਰ ਸਿੰਘ ਸਾਡੇ ਆਪਣੇ ਨੇ ਡੇਰਾ ਪ੍ਰੇਮੀਆਂ ਨੇ ਮਾਰੇ ਜਿਹਨੇ ਨਾਲ ਬਾਦਲ ਦੀ ਜਾਰੀ ਸੀ, ਦੋ ਸਿੰਘ ਸਾਡੇ ਹਰ ਆਪਣਾ ਭਗਵਾਨ ਸਿੰਘ ਤੇ ਇੱਕ ਆਪਣਾ ਜਿਹੜਾ ਮੁੰਡਾ ਸੀ ਦੂਜਾ ਆਪਣਾ ਵਾਲਾ, ਦੋ ਪੰਜਾਬ ਪੁਲਿਸ ਨੇ ਮਾਰੇ ਜੀ। ਤੇ ਸਾਨੂੰ ਡਰ ਲੱਗਦਾ ਵੀ ਜਿੰਨਾ ਚਿਰ ਬਾਦਲ ਹੈ ਨਾ ਵੀ ਸਾਡੇ ਬੱਚੇ ਮਾਰਨਗੇ, ਤੇ ਕਹਿ ਤੂੰ ਦੱਸਿਆ ਦਾ ਬਾਦਲ ਕੇ ਨਾਲੋਂ ਯਾਰੀ ਛੱਡ ਦੇ ਤੇ ਅਸੀਂ ਤੇਰੇ ਆਖੇ ਲੱਗ ਜਾਂਗੇ, ਪਰ ਜਿੰਨਾ ਚਿਰ ਤੇਰੀ ਬਾਦਲ ਕੇ ਨਾਲ ਯਾਰੀ ਓਨਾ ਚਿਰ ਅਸੀਂ ਇਹ ਬੱਚੇ ਪੈਦਾ ਨਹੀਂ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਹੋਰ ਸਵਾਲ ਹੈਗਾ। ਹਾਂਜੀ ਸਵਾਲ ਇਹ ਹੈਗਾ ਕਿ SDPC ਦੇ ਵੱਲੋਂ ਜਾਂ ਦਮਦਮੀ ਟਕਸਾਲ ਦੇ ਵੱਲੋਂ ਜਿੰਨੇ ਵੀ ਮੁਖੀ ਹੈਗੇ ਨੇ ਕੌਮ ਦੇ ਜਾਂ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਨੇ, ਸਿੱਖ ਕੌਮ ਦੇ ਕੋਲ ਕੋਈ ਹਸਪਤਾਲ ਹੈ, ਕੋਈ ਸਕੂਲ ਹੈ ਜਿਸ ਦੇ ਵਿੱਚ ਸਾਡੇ ਸਿੱਖਾਂ ਦੇ ਬੱਚੇ ਫ੍ਰੀ ਵਿਦਿਆ ਲੈ ਸਕਣ, ਕਿ ਆਪਣੇ ਸਕੂਲ ਨਹੀਂ ਬਣਾ ਸਕਦੇ? ਦੇਖੋ ਜੀ ਸਕੂਲ ਤਾਂ ਹੈਗੇ ਆ ਜਿੱਥੇ ਸਾਡੇ ਸਾਹਿਬਜ਼ਾਦੇ ਸ਼ਹੀਦ ਹੋਏ ਹੈ। ਸੋ ਮੈਂ ਮੇਰਾ ਸਵਾਲ 9 ਸਾਲ ਦੀ ਉਮਰ ਚ, ਬਾਬਾ ਜੀ ਮੇਰਾ ਸਵਾਲ ਅੱਧਾ ਰਹਿ ਗਿਆ। ਬਾਬਾ ਜੀ ਮੇਰਾ ਸਵਾਲ ਰਹਿ ਗਿਆ ਅੱਧਾ, ਮੈਂ ਤੁਹਾਨੂੰ ਸਵਾਲ ਪੂਰਾ ਨਹੀਂ ਕੀਤਾ। ਹਾਂਜੀ ਸਵਾਲ ਇਹ ਹੈਗਾ ਸੀ ਵੀ ਜਿਹੜੀ ਐਜੂਕੇਸ਼ਨ ਬੱਚਿਆਂ ਨੂੰ ਮਿਲਣੀ, ਸਿੱਖ ਕੌਮ ਦੇ ਬੱਚਿਆਂ ਨੂੰ ਜਾਂ ਸਿਹਤ ਸਹੂਲਤਾਂ ਮਿਲਣੀਆਂ ਸੀਆਂ, ਬਲਕਿ ਜਿਹੜੇ ਬੱਚੇ ਹੁਣ ਜੰਮੇ ਹੋਏ ਨੇ, ਜਿਹੜੇ ਬੱਚੇ ਹੈਗੇ ਨੇ ਨੌਜਵਾਨ ਜਾਂ ਛੋਟੇ ਬੱਚੇ ਹੈਗੇ ਨੇ, ਕੀ ਉਹਨਾਂ ਨੂੰ ਸਿੱਖਿਆ ਇਹਨਾਂ ਨੇ ਦਿੱਤੀ ਹੈ? ਜਿਹੜੇ ਬਾਬਾ ਜੀ ਗੱਲ ਕਰਦੇ ਆ ਵੀ ਬੱਚੇ ਹੋਰ ਜੰਮੋ। ਵੇਖੋ ਜੀ ਜੇ ਸਕੂਲ ਇਹਨਾਂ ਨੇ ਬਣਾਏ ਹੁੰਦੇ ਤੇ ਸਿੱਖ ਬੱਚਿਆਂ ਨੂੰ ਇਹਨਾਂ ਨੇ ਪੜ੍ਹਾਇਆ ਹੁੰਦਾ ਤੇ ਅੱਜ ਪੰਜਾਬ ਦਾ ਜਿਹੜੇ ਹਾਲਾਤ ਬਣੇ ਹੈ ਇਹ ਨਹੀਂ ਸੀ ਬਣਦੇ। ਜੇ ਜਿਹੜੇ ਈਸਾ ਮਿਸੀ ਵਾਲਿਆਂ ਨੇ ਸਕੂਲ ਬਣਾਏ ਫ੍ਰੀ, ਉਹਨਾਂ ਨੇ ਜਿਹੜੇ ਉੱਥੇ ਬੱਚੇ ਪੜ੍ਹਦੇ ਹੈ ਉਹਨਾਂ ਦੇ ਫੀਸਾਂ ਵੀ ਮਾਫ, ਉਹਨਾਂ ਦੇ ਪਰਿਵਾਰ ਦਾ ਇਲਾਜ ਵੀ ਮਾਫ, ਉਹਨਾਂ ਨੂੰ ਖਰਚੇ ਵੀ ਦਿੱਤੇ ਜਾਂਦੇ ਆ ਜੀ। ਤੇ ਜਿਹੜੇ ਸਾਡੇ ਸਕੂਲ ਹੈ ਜਿਵੇਂ ਫਤਿਹਗੜ੍ਹ ਸਾਹਿਬ ਸਰਹੰਦ ਹੈ, ਉੱਥੇ ਬਈਆ ਨੂੰ ਆਪਣਾ ਸਕੂਲ ਦੇ ਵਿੱਚ ਭਰਤੀ ਕੀਤਾ ਜਾਂਦਾ ਹੈ ਕਿ ਜਿਹੜੇ ਬਈਆ ਨੇ ਥੁੱਕ ਥੁੱਕ ਕੇ ਲਾਲ ਕੰਧਾਂ ਕਰਤੀਆਂ ਪਾਣ ਖਾ ਖਾ ਕੇ, ਉਹਨਾਂ ਨੂੰ ਪ੍ਰਧਾਨ ਵੀ ਲਗਾ ਦਿੰਦੇ ਆ ਉੱਥੇ। ਉੱਥੇ ਪ੍ਰਧਾਨ ਵੀ ਲਾ ਦਿੰਦੇ ਆ ਜਿਹੜੇ ਬੀੜੀਆਂ ਪੀਣ ਵਾਲੇ ਸਿਗਰਟਾਂ ਪੀਣ ਵਾਲੇ ਹੈ। ਤੇ ਜੇਕਰ ਸਾਡੇ ਸਿੱਖਾਂ ਨੂੰ ਇਹਨਾਂ ਨੇ ਸਾਹਮਣਾ ਹੀ ਨਹੀਂ
ਇਹਨਾਂ ਨੇ ਸਕੂਲਾਂ ਚ ਪੜ੍ਹਾਉਣਾ ਹੀ ਨਹੀਂ, ਸਮਝ ਆ ਗਈ? ਤੇ ਫਿਰ ਜੇ ਬੱਚੇ ਪੈਦਾ ਕਰਕੇ ਅਸੀਂ ਬਾਦਲ ਕਿਉਂਕਿ ਮਰਵਾਉਣੇ ਤੇ ਉਦੋਂ ਦਾ ਅਸੀਂ ਇਹ ਚੰਗੇ ਹੈ ਜਿਹੜਾ ਇੱਕ ਅੱਧਾ ਸਾਡਾ ਹੈਗਾ ਅਸੀਂ ਉਹਨਾਂ ਨੂੰ ਸਾਂਭ ਲਈਏ, ਤੇ ਜੇ ਬੱਚੇ ਅਸੀਂ ਪੈਦਾ ਕਰਾਂਗੇ ਤੇ ਬਾਦਲ ਕਿਆਂ ਨੇ ਮਰਾ ਦੇਣੇ ਤੇ ਆਰ ਐਸ ਐਸ ਦੇ ਬੀਜੇਪੀ ਨੇ, ਇਹਨਾਂ ਤੋਂ ਸਾਨੂੰ ਡਰ ਲੱਗਦਾ ਸੀ ਤਾਂ ਬੱਚੇ ਨੀ ਪੈਦਾ ਕਰਦੇ। ਬਾਬਾ ਜੀ ਬਾਬਾ ਹਰਨਾਮ ਸਿੰਘ ਆਖਿਆ ਬਿਆਨ ਦੇਵੇ ਕਿ ਮੈਂ ਬਾਦਲ ਕਿਆਂ ਨੂੰ ਛੱਡ ਚੁੱਕਿਆ ਜੀ, ਤੇ ਮੈਂ ਹੁਣ ਸਕੂਲਾਂ ਤੇ ਜਿਹੜੇ ਕਾਲਜ ਹੈ ਹੁਣ ਗੁਰਦੁਆਰੇ ਬਹੁਤ ਬਣ ਗਏ, ਹੁਣ ਅਸੀਂ ਕਾਲਜ ਬਣਾਵਾਂਗੇ, ਬੱਚੇ ਪੜ੍ਹਾਵਾਂਗੇ ਜੀ, ਫਿਰ ਤਾਂ ਅਸੀਂ ਬੱਚੇ ਪੈਦਾ ਕਰਾਂਗੇ। ਨਹੀਂ ਸਾਨੂੰ ਤਾਂ ਇਹ ਬਾਦਲ ਕਿਆਂ ਤੋਂ ਡਰ ਲੱਗਦਾ ਵੀ ਅਗਲੇ ਬੱਚੇ ਸਾਡੇ ਮਾਰਤੇ ਇਹਨਾਂ ਨੇ, ਕੁਛ ਪੁਲਿਸ ਦੇ ਹੱਥੋਂ ਮਰਾ ਤੇ ਕੁਛ ਆਮ ਮਾਰਤੇ। ਚਲੋ ਬਾਬਾ ਜੀ ਅਗਲਾ ਸਵਾਲ ਹੈਗਾ ਵੀ ਜਿਹੜੇ ਈਸਾਈ ਧਰਮ ਵਾਲੇ ਹੈਗੇ ਨੇ ਪੰਜਾਂ ਪਿੰਡਾਂ ਦੇ ਵਿੱਚ, ਇੱਕ ਉਹਨਾਂ ਨੇ ਸਕੂਲ ਫ੍ਰੀ ਖੋਲਤਾ ਹੋਇਆ ਪੰਜਾਂ ਜਾਂ ਦਸਾਂ ਪਿੰਡਾਂ ਦੇ ਵਿੱਚ ਇੱਕ ਸਕੂਲ ਉਹਨਾਂ ਦਾ ਬਣ ਚੁੱਕਿਆ ਈਸਾਈ ਧਰਮ ਵਾਲਿਆਂ ਦਾ, ਜੇ ਉਹ ਸ਼ਿਕਸ਼ਾ ਫ੍ਰੀ ਕਰ ਸਕਦੇ, ਮੁਫਤ ਪੜ੍ਹਾਈ ਕਰ ਸਕਦੇ ਆਪਣੇ ਬੱਚਿਆਂ ਵਾਸਤੇ, ਕੀ ਜਿਹੜੀ ਸਾਡੀ ਐਸ ਜੀ ਪੀ ਸੀ ਸ਼੍ਰੋਮਣੀ ਸੰਸਥਾ ਹੈਗੀ ਹੈ ਸਿੱਖ ਕੌਮ ਦੀ, ਇਹਨਾਂ ਦੇ ਕੋਲ ਅਰਬਾਂ ਖਰਬਾਂ ਦਾ ਜਿਹੜਾ ਬਜਟ ਹੁੰਦਾ, ਮਹੀਨੇ ਦਾ ਗੱਲ ਕਰੀਏ ਜਾਂ ਆਪਾਂ ਸਾਲ ਦਾ ਬਜਟ ਦੀ ਗੱਲ ਕਰੀਏ, ਅਰਬਾਂ ਖਰਬਾਂ ਦਾ ਹੁੰਦਾ, ਕਿ ਇਹਨਾਂ ਦਾ ਬਜਟ ਉਹ ਜਿਹੜਾ ਸਾਰਾ ਕਿੱਥੇ ਜਾਂਦਾ? ਉਹ ਜੀ ਜਾਂਦਾ ਇਹਨਾਂ ਦਾ ਲਕਸ਼ਣਾਂ ਦੇ ਵਿੱਚ ਜਾਂਦਾ, ਜਿਵੇਂ ਹੁਣ ਲਕਸ਼ਣ ਨੀ ਹੋ ਰਹੇ, ਜਿਹੜੇ ਅਕਾਲੀ ਦਲ ਦੇ ਜਿਹੜੀ ਪਾਰਟੀ ਇਹਨਾਂ ਦੇ ਝੰਡੇ ਵੇਖੋ ਵੀ ਅਰਜਾਈ ਅਰਜਾਈ ਜਿੱਡੇ ਹੈ, ਉਹ ਝੰਡੇ ਇਹਨਾਂ ਨੇ ਮੁੱਲ ਨੀ ਲਏ। ਹੁਣ ਆਰ ਟੀ ਆਈ ਪਾ ਕੇ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਜਿਹੜੇ ਐਡੇ ਦੇ ਝੰਡੇ ਹੈ ਕਿੱਥੋਂ ਆਏ ਹੈ, ਵੀ ਐਡੋਂ ਪਹਿਲਾਂ ਵੀ ਕਿੰਨਾ ਕੱਪੜਾ ਆ ਗਿਆ, ਐਡੋਂ ਪਹਿਲਾਂ ਕਿੰਨਾ ਕੱਪੜਾ ਸਰੋਪਿਆਂ ਚ ਵੰਡਿਆ ਗਿਆ, ਤੇ ਇਸ ਮਹੀਨੇ ਚ ਕਿੰਨਾ ਵੰਡਿਆ ਗਿਆ। ਤੇ ਜੇਕਰ ਬੱਚੇ ਪੈਦਾ ਕਰਨੇ ਆ ਨਾ, ਤੇ ਫਿਰ ਸੁੱਚਾ ਸਿੰਘ ਲੰਗਾ ਹੈਗਾ ਇਹਨਾਂ ਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ, ਤੇ ਚਾਹੇ ਉਹਨੂੰ ਇਜਾਜ਼ਤ ਦਿੱਤੀ ਜਾਵੇ, ਚਾਹੇ ਜਿਵੇਂ ਦਮਦਮਾ ਸਾਹਿਬ 6,000 ਰੁਪਇਆ ਦੇ ਕੇ ਕੁੜੀਆਂ ਲਿਆਉਂਦੇ ਸੀ ਸ਼੍ਰੋਮਣੀ ਕਮੇਟੀ ਦੇ ਮੈਂਬਰ, ਜੈਤੋ ਗੁਰਦੁਆਰੇ ਚ ਲਿਆਉਂਦੇ ਸੀ ਕੁੜੀਆਂ, ਤੇ ਚਾਹੇ ਜੋ ਕਿ ਬਾਬਾ ਹਰਨਾਮ ਸਿੰਘ ਧੁੰਮਾ ਸ਼੍ਰੋਮਣੀ ਕਮੇਟੀ ਨੂੰ ਦੇ ਦੇ, ਤੇ ਸੁੱਚੇ ਸਿੰਘ ਲੰਗਾ ਤੇ ਸ਼੍ਰੋਮਣੀ ਕਮੇਟੀ ਇਹ ਬੱਚੇ ਬਹੁਤ ਪੈਦਾ ਕਰ ਦੇਣਗੇ। ਬਾਬਾ ਜੀ ਇੱਕ ਸਵਾਲ ਹੈਗਾ ਕਿ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ, ਉਹਨਾਂ ਨੇ ਬੱਚਿਆਂ ਦੀ ਪੜ੍ਹਾਈ ਫ੍ਰੀ ਸ਼ੁਰੂ ਕਰ ਦਿੱਤੀ ਹੈ, ਮੁਫਤ ਪੜ੍ਹਾਈ, ਸਿੱਖ ਕੌਮ ਦੇ ਜਿਹੜੇ ਬੱਚੇ ਹੋਣਗੇ ਅੰਮ੍ਰਿਤਧਾਰੀ ਬੱਚੇ ਹੋਣਗੇ ਫ੍ਰੀ ਉਹਨਾਂ ਦੀ ਵਿੱਦਿਆ ਕੀਤੀ ਜਾ ਰਹੀ ਹੈ, ਲੇਕਿਨ ਇਹ ਸਾਡੀ ਐਸ ਜੀ ਪੀ ਸੀ ਕਿਉਂ ਨੀ ਕਰਦੀ? ਗੱਲ ਸਵਾਲ ਫਿਰ ਉਹੀ ਆ ਗਿਆ। ਦੇਖੋ ਜੀ ਜਿੰਨਾ ਚਿਰ ਇਹ ਆਹ ਸ਼੍ਰੋਮਣੀ ਕਮੇਟੀ ਉਨਾ ਚਿਰ ਤਾਂ ਹੁੰਦੀ ਨੀ, ਜੇਕਰ ਸਿੱਖ ਕੌਮ ਜਾਗਤੀ ਇਹਨਾਂ ਨੂੰ ਮਗਰੋਂ ਲਾਹ ਤਾਂ ਕੋਈ ਨਵੀਂ ਆ ਗਈ, ਤੇ ਫਿਰ ਤਾਂ ਇਹ ਕਾਲਜ ਵੀ ਖੋਲੇ ਜਾਣਗੇ ਤੇ ਸਿੱਖਾਂ ਦੇ ਬੱਚੇ ਵੀ ਪੜ੍ਹ ਜਾਣਗੇ, ਤੇ ਜਦੋਂ 8-8 ਲੱਖ ਰੁਪਇਆ ਇੱਕ ਇੱਕ ਜਿਵੇਂ ਇੱਕ ਇੱਕ ਬੰਦੇ ਦੀ ਤਨਖਾਹ ਹੈ, ਤੇ ਇਹ ਇਹ ਕਹਿੰਦੇ ਸਾਡੇ ਤੋਂ ਤਾਂ ਤਨਖਾਹਾਂ ਹੀ ਪੂਰੀਆਂ ਨੀ ਹੁੰਦੀਆਂ, ਤੇ ਫਿਰ ਉਹਨਾਂ ਚਿਰ ਇਹ ਸਕੂਲ ਪੰਜਾਬ ਚ ਤਾਂ ਨੀ ਖੋਲਦੇ, ਪੰਜਾਬ ਦੀਆਂ ਤਾਂ ਜ਼ਮੀਨਾਂ ਵੀ ਇਹ ਵੇਚ ਕੇ ਖਾ ਗਏ ਜਿਹੜੀਆਂ ਗੁਰਦੁਆਰੇ ਦੀਆਂ ਸੀਗੀਆਂ ਜੀ। ਬਾਬਾ ਜੀ ਜਿਵੇਂ ਤੁਸੀਂ ਤਿੱਖੇ ਸਵਾਲ ਕੀਤੇ ਹੈਗੇ ਨੇ, ਤਿੱਖੀ ਗੱਲ ਕਹੀ ਹੈ ਐਸ ਜੀ ਪੀ ਸੀ ਵਾਸਤੇ, ਸੁੱਚਾ ਸਿੰਘ ਲਗਾ ਵਾਸਤੇ, ਕੀ ਤੁਹਾਨੂੰ ਫਿਰ ਇਹ ਗੱਲ ਸੁਣ ਕੇ ਜਰਨਗੇ ਵਾਲੇ? ਦੇਖੋ ਜੀ ਇਹ ਜਰਨ ਚ ਨਾ ਜਰਨ, ਮੈਂ ਤਾਂ ਸੱਚ ਅੱਗੇ ਰੱਖਿਆ, ਜੇ ਝੂਠ ਹੈ ਤੇ ਮੇਰੇ ਮੈਨੂੰ ਬਹਿਸ ਤੇ ਸੱਦ ਲੈਣ, ਤੇ ਮੈਂ ਬਹਿਸ ਤੇ ਆ ਕੇ ਜਵਾਬ ਦੇ ਦੂੰਗਾ, ਮੈਨੂੰ ਇਹਨਾਂ ਤੋਂ ਕੋਈ ਡਰ ਨੀ, ਮੈਨੂੰ ਇਹਨਾਂ ਦੀ ਕੋਈ ਪਰਵਾਹ ਨੀ। ਜਿਹੜਾ ਗੁਰੂ ਦਾ ਸਿੱਖ ਹੈ ਉਹ ਸੱਚ ਬੋਲਦਾ ਹੁੰਦਾ, ਮਰਨਾ ਇੱਕ ਦਿਨ ਆ, ਦੋ ਦਿਨ ਨੀ ਮਰਨਾ।
ਤੇ ਜੇ ਅਸੀਂ ਇਹਨਾਂ ਤੋਂ ਬੱਚੇ ਹੀ ਮਰਵਾਉਣੇ ਆ ਪੈਦਾ ਕਰਕੇ, ਉਦੋਂ ਬਿਹਤਰ ਨੀ ਵੀ ਅਸੀਂ ਬੱਚੇ ਪੈਦਾ ਕਰੀਏ ਹੀ ਨਾ। ਬਾਬਾ ਜੀ ਸਵਾਲ ਹੈਗਾ ਖੀਰਲਾ ਕਿ ਬਾਬਾ ਹਰਨਾਮ ਸਿੰਘ ਧੁੰਮਾ ਨੇ ਇੱਕ ਬੜੀ ਵੱਡੀ ਗੱਲ ਕਹੀ ਸੀ, ਉਸੇ ਜਿਹੜੀ ਜਿੱਥੇ ਬਚਨ ਕਰਦੇ ਸੀ ਨਾ ਉਹ ਬੈਠ ਕੇ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹੜੇ ਛੋਟੇ ਪ੍ਰਚਾਰਕ ਹੈਗੇ ਨੇ ਜਾਂ ਆਮ ਸਿੱਖ ਹੈਗੇ ਨੇ, ਕਈ ਭੰਡੀ ਪ੍ਰਚਾਰ ਕਹਿੰਦੇ ਕਰਦੇ ਨੇ ਪ੍ਰਚਾਰਕਾਂ ਦਾ, ਜਿਹੜੇ ਮੁਖੀ ਹੈਗੇ ਨੇ ਭਾਵੇਂ SGPC ਦੇ ਪ੍ਰਧਾਨ ਨੇ ਚਾਹੇ ਦਮਦਮੀ ਟਕਸਾਲ ਦੇ, ਕਹਿੰਦੇ ਭੰਡੀ ਪ੍ਰਚਾਰ ਜਿਹੜੇ ਸਿੱਖ ਸਾਡੇ ਬਹੁਤ ਕਰਦੇ ਨੇ ਇੱਕ ਦੂਜੇ ਦਾ, ਕਹਿੰਦੇ ਵੀ ਇਸ ਕਰਕੇ ਜਿਹੜੀ ਸਿੱਖ ਕੌਮ ਆ ਸਾਡੀ ਦਾ ਕਹਾਣ ਹੋ ਰਿਹਾ, ਤਰੱਕੀ ਵੱਲ ਨਹੀਂ ਜਾ ਰਹੀ। ਬਾਬਾ ਜਰਨੈਲ ਸਿੰਘ ਦੇ ਦਾ ਕਿਉਂ ਨੀ ਸੀ ਕੋਈ ਭੰਡੀ ਪ੍ਰਚਾਰ ਕਰਦਾ? ਜੇ ਕੋਈ ਭਾਂਡਾ ਸੱਚਾ ਹੋਵੇ ਨਾ, ਸੱਚੇ ਭਾਂਡੇ ਦੀ ਕਿਹਦੀ ਉੱਟ ਕੋਈ ਪ੍ਰਚਾਰ ਉਹਦੇ ਉੱਟ ਕਰਦੇ? ਤੇ ਜਦੋਂ ਸਾਡੇ ਵਿੱਚ ਕਮੀਆਂ ਤੇ ਸਾਡੇ ਵਿੱਚ ਗਦਾਰੀਆਂ ਨਾ, ਤੇ ਉਦੋਂ ਹੀ ਲੋਕ ਗੱਲਾਂ ਕਰਦੇ ਆ। ਤੇ ਜੇ ਬਾਬਾ ਜਰਨੈਲ ਸਿੰਘ ਦੀ ਅੱਖ ਦਾ ਅੱਖ ਨੀ ਕਿਸੇ ਨੇ ਪਾ ਕੇ ਗੱਲ ਕੀਤੀ, ਤੇ ਅੱਜ ਲੋਕ ਕਿਵੇਂ ਸਾਲ ਦੇ ਉੱਤੇ ਲੋਕ ਗੱਲਾਂ ਕਰ ਰਹੇ ਆ? ਕਿਉਂ ਕਰ ਰਹੇ ਆ? ਇਹਨਾਂ ਨੇ ਕਰਾਈਆਂ ਜੀ। ਸੋ ਦਰਸ਼ਕੋ, ਮੇਰੇ ਨਾਲ ਬਾਬਾ ਹਮੀਰ ਸਿੰਘ ਜੀ ਮੁਕਤਸਰ ਤੋਂ ਜੁੜੇ ਸੀਗੇ ਫੋਨ ਲਾਈਨ ਤੇ, ਜਿਨ੍ਹਾਂ ਨੇ ਵੱਡੇ ਵੱਡੇ ਖੁਲਾਸੇ ਕੀਤੇ ਨੇ। ਜਿਸ ਤਰ੍ਹਾਂ ਪਿਛਲੇ ਦਿਨ ਦੇ ਵਿੱਚ ਕੱਲ ਪਰਸੋਂ ਦੀ ਵੀਡੀਓ ਬੜੀ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਤੇ, ਬਾਬਾ ਹਰਨਾਮ ਸਿੰਘ ਧੁੰਮਾ ਇਹ ਗੱਲ ਕਹਿੰਦੇ ਨੇ ਸਿੱਖ ਕੌਮ ਦੇ ਲੋਕਾਂ ਨੂੰ ਵੀ ਪੰਜ ਪੰਜ ਬੱਚੇ ਹਰੇਕ ਪਰਿਵਾਰ ਪੈਦਾ ਕਰੇ, ਕਹਿੰਦੇ ਵੀ ਅੱਜ ਸਿੱਖਾਂ ਨੂੰ ਲੋੜ ਹੈ, ਸਿੱਖੀ ਦੇ ਲਈ ਬਹੁਤ ਬਹੁਤ ਘਾਟ ਹੈਗੀ ਹੈ ਸਿੱਖਾਂ ਦੀ, ਬੱਚਿਆਂ ਦੀ। ਤੇ ਸਵਾਲ ਬਹੁਤ ਵੱਡੇ ਸੀ ਵੀ ਜੇ ਹਰਿਆਣਾ ਕਮੇਟੀ ਨੇ ਬੱਚਿਆਂ ਦੀ ਸਿਕਸ਼ਾ ਫਰੀ ਕੀਤੀ ਹੈ, ਕਿ SGPC ਵਿੱਦਿਆ ਜਿਹੜੀ ਹੈ ਪੜ੍ਹਾਈ ਬੱਚਿਆਂ ਅੰਮ੍ਰਿਤਧਾਰੀ ਬੱਚਿਆਂ ਦੀ ਫਰੀ ਕਿਉਂ ਨਹੀਂ ਕਰਦੀ? ਸਵਾਲ ਬਹੁਤ ਵੱਡੇ ਹੈਗੇ ਨੇ। ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ, ਨਾਲੇ ਇਸ ਵੀਡੀਓ 'ਤੇ ਆਪਣੇ ਕਮੈਂਟ ਵੀ ਦਿਆ ਜੇ। ਸੋ ਬਾਬਾ ਜੀ, ਆਪ ਜੀ ਦਾ ਧੰਨਵਾਦ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਫੋਨ ਕਰਨ ਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜਰਨੈਲ ਸਿੰਘ ਜੀ ਚੜ੍ਹਦੀ ਕਲਾ ਕਰਦੇ ਫੌਜਾਂ ਦੀ।